ਸਤਿ ਸ਼੍ਰੀ ਅਕਾਲ ਜੀ, ਮੈਂ ਸਤਨਾਮ ਧਾਲੀਵਾਲ, ਗਲੋਬਲ ਐਕਸੈਸ ਵੀਜ਼ਾ ਐਂਡ ਇਮੀਗ੍ਰੇਸ਼ਨ ਕੋਟਕਪੂਰਾ ਤੋਂ। ਬਹੁਤ ਸਾਰੇ ਵੀਰਾਂ ਦੀਆਂ ਕੁਐਰੀਜ਼ ਹੁੰਦੀਆਂ ਨੇ ਕਿ ਅਸੀਂ ਆਪਣੇ ਅਕਾਊਂਟ ਦੇ ਵਿੱਚ ਸਪੋਜ਼ ਓਪਨ ਵਰਕ ਪਰਮਿਟ ਦੀ ਫਾਈਲ ਲਗਾਉਣ ਸਮੇਂ ਅਸੀਂ ਇੰਨਾ ਪੈਸਾ ਸ਼ੋਅ ਕੀਤਾ ਸੀ, ਜਾਂ ਅਸੀਂ ਆਪਣੀ ਇੰਨੇ ਦੀ ਪ੍ਰੋਪਰਟੀ ਸ਼ੋਅ ਕੀਤੀ ਹੈ, ਇੰਨੇ ਦੀ ਅਸੀਂ ਆਪਣੀ ਸੀ ਏ ਰਿਪੋਰਟ ਬਣਾਈ ਹੈ, ਬਟ ਫਿਰ ਵੀ ਸਾਡੀ ਰਿਫਿਊਜ਼ਲ ਆ ਗਈ। ਤਾਂ ਸਭ ਤੋਂ ਮੇਨ ਗੱਲ ਹੁੰਦੀ ਹੈ ਜੀ ਕਿ ਜਦੋਂ ਤੁਸੀਂ ਆਪਣੇ ਸਪੋਜ਼ ਓਪਨ ਵਰਕ ਪਰਮਿਟ ਦੀ ਫਾਈਲ ਦੇ ਵਿੱਚ ਆਪਣੇ ਫੰਡ ਸ਼ੋਅ ਕਰਦੇ ਹੋ, ਤਾਂ ਸਭ ਤੋਂ ਜ਼ਿਆਦਾ ਮੈਟਰ ਕਰਦਾ ਹੈ ਤੁਹਾਡਾ ਬੈਂਕ ਬੈਲੈਂਸ। ਬੈਂਕ ਬੈਲੈਂਸ ਵੀ ਕਈ ਵੀਰ ਕਹਿ ਦਿੰਦੇ ਆ ਕਿ ਮੈਂ 20 ਲੱਖ ਸ਼ੋਅ ਕਰਤਾ ਜੀ, ਲਿਕੁਇਡ ਕੈਸ਼ ਆਪਣੇ ਸੇਵਿੰਗ ਖਾਤੇ ਦੇ ਵਿੱਚ 25 ਲੱਖ ਸ਼ੋਅ ਕਰਤਾ ਜੀ, 30 ਲੱਖ ਸ਼ੋਅ ਕਰਤਾ, ਬਟ ਮੇਰੀ ਰਿਫਿਊਜ਼ਲ ਤਾਂ ਫਿਰ ਵੀ ਹੈ। ਉਹਦਾ ਸਭ ਤੋਂ ਵੱਡਾ ਕਾਰਨ ਹੁੰਦਾ ਜੀ ਕਿ ਤੁਸੀਂ ਇਮੀਗ੍ਰੇਸ਼ਨ ਆਫਿਸਰ ਨੂੰ ਇਹ ਚੀਜ਼ ਕਲੀਅਰ ਕਰਨੀ ਹੈ ਕਿ ਤੁਹਾਡੇ ਕੋਲ ਪੈਸਾ ਆਇਆ ਕਿੱਥੋਂ ਹੈ। ਅਗਰ 50,000 ਤੋਂ ਵੱਧ ਦੀ ਅਮਾਊਂਟ ਦਾ ਚੈੱਕ ਤੁਹਾਡੇ ਖਾਤੇ 'ਚ ਆਉਂਦਾ, ਤਾਂ ਤੁਸੀਂ ਉਸ ਨੂੰ ਦੱਸ ਦਿਓ ਕਿ ਇਹ ਮੈਂ ਪੈਸਾ ਕਿਸੇ ਤੋਂ ਲੈਣਾ ਸੀ, ਕਿਸ ਵਜ੍ਹਾ ਕਰਕੇ ਲੈਣਾ ਸੀ। ਬਹੁਤ ਸਾਰੇ ਮੇਰੇ ਵੀਰ ਕੀ ਕਰਦੇ ਨੇ, ਆਪਣੇ ਪੇਰੈਂਟਸ ਤੋਂ ਆਪਣੇ ਅਕਾਊਂਟ ਦੇ ਵਿੱਚ ਪੈਸਾ ਟ੍ਰਾਂਸਫਰ ਕਰਵਾ ਲੈਂਦੇ ਨੇ, ਜਾਂ ਉਹ ਉਹਨਾਂ ਦੇ ਲਿਮਿਟ ਅਕਾਊਂਟ 'ਚੋਂ ਕਰਵਾ ਲੈਂਦੇ ਨੇ। ਕਿਸੇ ਨੇ ਜ਼ਮੀਨ 'ਤੇ ਐਗਰੀਕਲਚਰ ਲਿਮਿਟ ਬਣਾਈ ਹੁੰਦੀ ਹੈ, ਜਾਂ ਬਿਜ਼ਨਸ ਲਿਮਿਟ ਹੁੰਦੀ ਹੈ, ਚਲੋ ਉਹ ਅਲੱਗ ਗੱਲ ਹੈ, ਜਾਂ ਆਪਣੇ ਪੇਰੈਂਟਸ ਦੇ ਸੇਵਿੰਗ ਅਕਾਊਂਟ ਤੋਂ, ਜਾਂ ਆਪਣੇ ਓਵਰਆਲ ਗੱਲ ਕਰਦੇ ਹਾਂ ਕਿ ਆਪਣੇ ਪੇਰੈਂਟਸ ਤੋਂ ਉਹ ਚੈੱਕ ਥਰੂ ਪੈਸਾ ਲੈ ਲੈਂਦੇ ਨੇ, ਆਪਣੇ ਸੇਵਿੰਗ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰ ਲੈਂਦੇ ਨੇ। ਜਦੋਂ ਤੁਸੀਂ ਆਪਣੇ ਪੇਰੈਂਟਸ ਤੋਂ ਪੈਸਾ ਲੈਂਦੇ ਹੋ, ਤਾਂ ਤੁਸੀਂ ਉੱਥੇ ਇੱਕ ਸਪੋਰਟ ਐਫੀਡੈਵਿਟ ਜ਼ਰੂਰ ਲਗਾਓ। ਉਹ ਸਪੋਰਟ ਐਫੀਡੈਵਿਟ ਤੁਹਾਡੀ ਫਾਈਲ ਨੂੰ ਸਟਰੋਂਗ ਕਰਦਾ ਹੈ ਕਿ ਤੁਸੀਂ ਆਪਣੇ ਪੇਰੈਂਟਸ ਤੋਂ ਆਪਣੀ ਫਾਈਲ ਦੇ ਵਿੱਚ ਹੈਲਪ ਲੈ ਰਹੇ ਹੋ। ਕਿਉਂਕਿ ਜਦੋਂ ਤੁਸੀਂ 5 ਲੱਖ, 10 ਲੱਖ ਜਾਂ ਕਿੰਨੀ ਵੀ ਅਮਾਊਂਟ ਤੁਸੀਂ ਤੁਹਾਡੇ ਅਕਾਊਂਟ ਦੇ ਵਿੱਚ ਚੈੱਕ ਆਉਂਦਾ, ਤਾਂ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਇਮੀਗ੍ਰੇਸ਼ਨ ਆਫਿਸਰ ਨੂੰ ਇਹ ਚੀਜ਼ ਲੱਗਦੀ ਹੈ ਕਿ ਇਹ ਤਾਂ ਬਿਲਕੁਲ ਫੇਕ ਹੈ, ਵੈਸੇ ਹੀ ਇਮੀਗ੍ਰੇਸ਼ਨ ਪਰਪਜ਼ ਵਾਸਤੇ ਪੈਸੇ ਸ਼ੋਅ ਕਰਨ ਲੱਗਿਆ ਹੋਇਆ। ਠੀਕ ਹੈ ਜੀ। ਸੈਕਿੰਡ ਥਿੰਗ ਹੁੰਦੀ ਹੈ ਜੀ, ਜਦੋਂ ਤੁਸੀਂ ਆਪਣੀ ਕੋਈ ਵੀ ਜੇ ਫਾਰਮ ਲਗਾਉਣੇ ਹੋ, ਜ਼ਮੀਨ ਦੇ ਲਗਾਉਣੇ ਹੋ, ਤਾਂ ਉਹ ਬਹੁਤ ਵਧੀਆ ਗੱਲ ਹੈ। ਤਾਂ ਵੱਡੀ ਗੱਲ ਇਹ ਹੋਣੀ ਚਾਹੀਦੀ ਹੈ ਕਿ ਤੁਸੀਂ ਜੇ ਫਾਰਮ ਤਾਂ ਲਗਾਓ ਅਗਰ ਤੁਹਾਡੇ ਖਾਤੇ ਵਿੱਚ 19 ਅਮਾਊਂਟ ਬਾਏ ਚੈੱਕ ਆਈ ਹੈ, ਉਹਨੇ ਦੇ ਜੇ ਫਾਰਮ ਲਗਾਓ। ਕਿਉਂਕਿ ਇਹ ਪਹਿਲਾਂ ਹੁੰਦਾ ਸੀ ਜੀ ਕਿ ਜੇ ਫਾਰਮ ਕੋਈ ਵੀ ਲੈ ਲੈਂਦਾ ਸੀ, ਹੁਣ ਜਾਂ ਤਾਂ ਠੇਕੇ ਵਾਲਾ ਲੈ ਸਕਦਾ ਅਤੇ ਜਾਂ ਜ਼ਮੀਨ ਦਾ ਮਾਲਕ ਲੈ ਸਕਦਾ। ਹੁਣ ਬਹੁਤ ਮੇਰੇ ਵੀਰਾਂ ਦਾ ਕੀ ਹੁੰਦਾ ਕਿ ਜ਼ਮੀਨ ਤਾਂ ਉਹਨਾਂ ਦੇ ਮਾਂ ਜਾਂ ਉਹਨਾਂ ਦੇ ਫਾਦਰ ਸਾਹਿਬ ਦੇ ਨਾਮ 'ਤੇ ਹੁੰਦੀ ਹੈ, ਅਤੇ ਜੇ ਫਾਰਮ ਉਹ ਆਪਣੇ ਨਾਮ 'ਤੇ ਬਣਵਾ ਲੈਂਦੇ ਨੇ, ਤਾਂ ਉਹ ਇੱਕ ਚੀਜ਼ ਬਹੁਤ ਉਹਨਾਂ ਦੀ ਫੇਕ ਬਣ ਜਾਂਦੀ ਹੈ। ਕਿਉਂਕਿ ਹਮੇਸ਼ਾ ਇਮੀਗ੍ਰੇਸ਼ਨ ਆਫਿਸਰ ਨੂੰ ਜੋ ਵੀ ਆਪਾਂ ਆਪਣੀ ਕਹਾਣੀ ਬਣਾਉਣੀ ਆ, ਉਹ ਉਹਨਾਂ ਨੂੰ ਪ੍ਰੂਫ ਕਰਕੇ ਦੇਣੀ ਹੁੰਦੀ ਹੈ ਕਿ ਹਾਂਜੀ ਮੇਰਾ ਇਹ ਪੈਸਾ ਇੱਥੋਂ ਆਇਆ, ਮੈਂ ਇਹ ਆਮਦਨੀ ਕਰਦਾ, ਇੰਨੀ ਮੇਰੀ ਹੈ, ਇੰਨੀ ਮੇਰੀ ITR ਜਾਂਦੀ ਹੈ, ਅਤੇ ਮੈਂ ਆਪਣਾ ਜੋ ਐਨੁਅਲੀ ਵਰਥ ਹੈ ਮੇਰੀ ਉਹ ਇੰਨੀ ਹੈ। ਠੀਕ ਹੈ ਜੀ। ਸਭ ਤੋਂ ਵੱਡੀ ਇਹ ਆਪਣੇ ਬਹੁਤ ਵੱਡਾ ਕਾਰਨ ਹੁੰਦਾ ਜੀ ਕਿ ਫੰਡਸ ਦੀ ਵਜ੍ਹਾ ਕਰਕੇ ਆਪਣੀ ਜੋ ਰਿਫਿਊਜ਼ਲ ਆਉਂਦੀ ਹੈ। ਦੋਸਤੋ, ਫਿਰ ਵੀ ਤੁਸੀਂ ਸਪੋਜ਼ ਓਪਨ ਵਰਕ ਪਰਮਿਟ, ਸਟੱਡੀ ਵੀਜ਼ਾ ਜਾਂ ਵਿਜ਼ਟਰ ਵੀਜ਼ਾ, PR ਕੇਸਿਸ ਦੀ ਕੈਨੇਡਾ, ਅਮੈਰੀਕਾ, ਆਸਟ੍ਰੇਲੀਆ ਜਾਂ UK ਦੇ ਰਿਗਾਰਡਿੰਗ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ, ਤਾਂ ਸਾਨੂੰ ਹੇਠ ਲਿਖੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ, ਜਾਂ ਸਾਡੇ ਹੈੱਡ ਆਫਿਸ ਗਲੋਬਲ ਐਕਸੈਸ ਵੀਜ਼ਾ ਐਂਡ ਇਮੀਗ੍ਰੇਸ਼ਨ ਕੋਟਕਪੂਰਾ ਆ ਕੇ ਸਾਨੂੰ ਮਿਲ ਸਕਦੇ ਹੋ। ਸਾਡਾ ਐਡਰੈਸ ਹੈ ਜੀ ਗਲੋਬਲ ਐਕਸੈਸ ਵੀਜ਼ਾ ਐਂਡ ਇਮੀਗ੍ਰੇਸ਼ਨ, ਜੈਤੋ ਰੋਡ ਨੇੜੇ, ਕੋਟਕਪੂਰਾ, ਇੰਡੀਅਨ ਗੈਸ ਸਰਵਿਸ, ਕੋਟਕਪੂਰਾ। ਧੰਨਵਾਦ।